ਤੁਸੀਂ ਮੇਰੀ ਗੱਡੀ ਦਾ ਚਲਾਨ ਕਰਿਆ ਸੀ ਹੁਣੀ ਐਵੇਂ ਹੀ ਮੇਰੀ ਗੱਡੀ ਖੜੀ ਸੀ ਇੱਥੋਂ ਹੋਂਕਾ ਦੀ ਸਾਈਡ ਦੀ ਖੜੀ ਸੀ ਹੁਣ ਤੁਸੀਂ ਵੀ ਅੱਧੇ ਘੰਟੇ ਦੇ ਸੜਕ ਦੀ ਖੜੇ ਹੋ ਨਹੀਂ ਚਲਾਨ ਦਾ ਕੱਟ ਰਹੇ ਹੋ ਤੁਸੀਂ ਤੁਸੀਂ ਨਹੀਂ ਪਾਰਕਿੰਗ 'ਚ ਲਾ ਕੇ ਚਲਾਨ ਕੱਟਣਾ ਵੀਰੇ ਹੈ ਬਾਈ ਨਾਲੇ ਤੁਹਾਡੀ ਵਰਦੀ ਨਹੀਂ ਹੈ ਦੋਨਾਂ ਦੀ ਪੈਰਾਂ 'ਚ ਉਹ ਬਾਈ ਨੇ ਸੈਂਡਲ ਪਾਏ ਹੋਏ ਨੇ ਨਹੀਂ ਨਹੀਂ ਉਹ ਬਾਈ ਇੱਕ ਮਿੰਟ ਗੱਲ ਸੁਣ ਕੇ ਜਾਈ ਹੁਣ ਮੇਰੇ ਦੋ ਕੁ ਮਿੰਟ ਗੱਲਾਂ ਕਰਨੀਆਂ ਨੇ ਆਪਾਂ ਨੇ ਗੱਲ ਕਰ ਲਈ ਹਾਂ ਹਾਂ ਕਰ ਇੱਕ ਮਿੰਟ ਖੜ ਮੈਂ ਤੈਨੂੰ ਐ ਕਹਿਣਾ ਤੁਸੀਂ ਤੁਸੀਂ ਅੱਧੇ ਘੰਟੇ ਦੇ ਬਾਈ ਸੜਕ ਤੇ ਖੜੇ ਹੋ ਅਸੀਂ ਤਾਂ ਫੇਰ ਵੀ ਗੱਡੀ ਸਾਈਡ ਤੇ ਲਾਈ ਹੋਈ ਸੀ ਤੁਸੀਂ ਇੱਥੇ ਖੜ ਕੇ ਚਲਾਨ ਕਰ ਰਹੇ ਹੋ ਕੀ ਮਤਲਬ ਆ ਬਾਈ ਯਾਰ ਇਹ ਗੱਲ ਦਾ ਨਹੀਂ ਨਹੀਂ ਕੀ ਮਤਲਬ ਇਹ ਗੱਲ ਦਾ ਤੁਸੀਂ ਹੁਣ ਭੱਜ ਰਹੇ ਹੋ ਕੀ ਚੱਕਰ ਆ ਖੜਕ ਦੇ ਵਿਚਾਲੇ ਖੜ ਕੇ ਅੱਧੇ ਘੰਟੇ ਦੇ ਚਲਾਨ ਕਰ ਰਹੇ ਨੇ ਪਿੱਛੇ ਮੇਰੇ ਕੋਲ ਰਿਕਾਰਡਿੰਗ ਆ ਇਹ ਬੰਦਾ ਨਾ ਪਿੱਛੇ ਇੱਕ ਗੱਡੀ ਖੜੀ ਸੀ ਉਹਨੂੰ ਉਹਨੂੰ ਜੱਫੀਆਂ ਪਾ ਕੇ ਛੱਡ ਕੇ ਆਇਆ ਬੰਦਾ ਇਹਨੂੰ ਜਾਣਦਾ ਸੀਗਾ ਉਹਨੂੰ ਜੱਫੀ ਪਾ ਕੇ ਛੱਡ ਕੇ ਆਇਆ ਹੁਣ ਕਿਉਂ ਭੱਜਦੇ ਹੋ ਭੱਜਦੇ ਕਾਹਤੋਂ ਯਾਰ ਤੁਸੀਂ ਕੀ ਮਤਲਬ ਆ ਗੱਡੀ ਦਾ ਚਲਾਨ ਕਰਨ ਤੇ ਭੜਕੇ ਕਾਰ ਮਾਲਕ ਦੇ ਵੱਲੋਂ ਹੁਣ ਪੁਲਿਸ ਵਾਲੇ ਨੂੰ ਹੀ ਘੇਰਾ ਪਾਇਆ ਗਿਆ ਦਰਸਲ ਉਸ ਕਾਰ ਮਾਲਕ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸਦੀ ਜਦੋਂ ਗੱਡੀ ਥੋੜੀ ਜਿਹੀ ਸੜਕ ਦੇ ਉੱਪਰ ਖੜੀ ਸੀ ਤਾਂ ਉਸਦਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚਲਾਨ ਕੱਟ ਦਿੱਤਾ ਗਿਆ ਪਰ ਹੁਣ ਉਹ ਅੱਧੇ ਘੰਟੇ ਤੋਂ ਦੇਖ ਰਿਹਾ ਕਿ ਉਹਨਾਂ ਦੀ ਜੋ ਗੱਡੀ ਹੈ ਪੁਲਿਸ ਵਾਲਿਆਂ ਦੀ ਖੁਦ ਹੀ ਉਹ ਸੜਕ ਦੇ ਵਿਚਾਲੇ ਲਾਈ ਹੋਈ ਹੈ ਤੇ ਹੁਣ ਇਹਨਾਂ ਦਾ ਚਲਾਨ ਕੌਣ ਕਰੂਗਾ ਜਿਸ ਤੋਂ ਬਾਅਦ ਜਦੋਂ ਉਹ ਉਸਨੇ ਇਸ ਦੀ ਵੀਡੀਓ ਬਣਾਈ ਅਤੇ ਪੁਲਿਸ ਮੁਲਾਜ਼ਮਾਂ ਨੂੰ ਜਾ ਕੇ ਮੌਕੇ ਤੇ ਸਵਾਲ ਪੁੱਛੇ ਤਾਂ ਪੁਲਿਸ ਮੁਲਾਜ਼ਮ ਵੀ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਉਹ ਵੀ ਇੱਕ ਹੋਰ ਗੱਡੀ ਦਾ ਚਲਾਨ ਕੱਟਣ ਦੇ ਲਈ ਇੱਥੇ ਖੜੇ ਨੇ ਜਿਸ ਕਰਕੇ ਉਹਨਾਂ ਨੇ ਆਪਣੀ ਗੱਡੀ ਨੂੰ ਸੜਕ ਦੇ ਵਿਚਾਲੇ ਲਾਇਆ ਹੋਇਆ ਪਰ ਕਿਤੇ ਨਾ ਕਿਤੇ ਸਵਾਲ ਤਾਂ ਜ਼ਰੂਰ ਉੱਠਦੇ ਨੇ ਕਿ ਜੇਕਰ ਕਾਨੂੰਨ ਸਭ ਦੇ ਲਈ ਬਰਾਬਰ ਹੈ ਤਾਂ ਕੀ ਪੁਲਿਸ ਵਾਲਿਆਂ ਦੇ ਲਈ ਇਹ ਕਾਨੂੰਨ ਕੰਮ ਨਹੀਂ ਕਰੇਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਹੋ ਰਿਹਾ ਪਟਿਆਲਾ ਦੇ ਲੀਲਾ ਭਵਨ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪਹਿਲਾਂ ਤਾਂ ਕਾਰ ਚਾਲਕ ਦਾ ਚਲਾਨ ਹੁੰਦਾ ਤੇ ਫਿਰ ਜਦੋਂ ਉਸਦਾ ਕਹਿਣਾ ਹੈ ਕਿ ਇੱਕ ਹੋਰ ਵਿਅਕਤੀ ਦੀ ਇੱਥੇ ਗੱਡੀ ਖੜੀ ਸੀ ਉਹ ਪੁਲਿਸ ਵਾਲਿਆਂ ਨੂੰ ਜਾਣਦਾ ਸੀ ਤੇ ਪੁਲਿਸ ਮੁਲਾਜ਼ਮ ਉਸਨੂੰ ਜੱਫੀਆਂ ਪਾ ਕੇ ਉਸਦੀ ਕਾਰ ਦੇ ਵਿੱਚ ਛੱਡ ਕੇ ਆਏ ਨੇ ਉਸਦਾ ਕੋਈ ਵੀ ਚਲਾਨ ਨਹੀਂ ਕੀਤਾ ਗਿਆ ਪਰ ਉਸਦੀ ਜਦੋਂ ਕੋਈ ਜਾਣ ਪਹਿਚਾਣ ਨਹੀਂ ਸੀ ਤਾਂ ਉਸਦਾ ਚਲਾਨ ਕਰ ਦਿੱਤਾ ਗਿਆ ਹਾਲਾਂਕਿ ਜਿਵੇਂ ਹੀ ਉਸਨੇ ਇਹ ਗੱਲਾਂ ਕਹੀਆਂ ਤਾਂ ਪੁਲਿਸ ਮੁਲਾਜ਼ਮ ਜੋ ਸੀ ਉਹ ਮੌਕੇ ਤੋਂ ਭੱਜਦੇ ਨਜ਼ਰ ਆਏ ਨੇ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਪਟਿਆਲਾ ਦੇ ਲੀਲਾ ਭਵਨ ਇਲਾਕੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਮੇਰੇ ਆਹ ਬੰਦੇ ਨਾ ਜੀ ਘੰਟੇ ਦੇ ਚਲਾਨ ਕੱਟ ਰਹੇ ਨੇ ਏਦਾਂ ਹੀ ਮੇਰੀ ਗੱਡੀ ਖੜੀ ਸੀਗੀ ਤੇ ਐਵੀਂ ਜਗ੍ਹਾ ਤੇ ਮੇਰੀ ਗੱਡੀ ਦਾ ਇਹਨਾਂ ਨੇ ਚਲਾਨ ਕਰਤਾ ਤੇ ਮੈਂ ਹੁਣ ਇਹਨਾਂ ਨੂੰ ਐਂ ਪੁੱਛਣਾ ਚਾਹੁੰਦਾ ਵੀ ਜਿਹੜੀ ਇਹਨਾਂ ਦੀ ਆਪਦੀ ਗੱਡੀ ਖੜੀ ਆ ਇਹ ਕੋਈ ਟ੍ਰੈਫਿਕ ਨਹੀਂ ਉਹ ਕਰ ਰਹੀ ਆਪਦੀ ਗੱਡੀ ਪਾਰਕਿੰਗ 'ਚ ਲਾ ਕੇ ਨਹੀਂ ਚਲਾਨ ਕਰਨਾ ਇਹਨਾਂ ਨੇ ਹੈਨਾ ਕੀ ਹਾਲ ਆ ਬਾਈ ਜੀ ਤੁਸੀਂ ਮੇਰੀ ਗੱਡੀ ਦਾ ਚਲਾਨ ਕਰਿਆ ਸੀ ਹੁਣੀ ਐਵੇਂ ਹੀ ਮੇਰੀ ਗੱਡੀ ਖੜੀ ਸੀ ਇੱਥੋਂ ਹੋਂਕਾ ਦੀ ਸਾਈਡ ਦੀ ਖੜੀ ਸੀ ਹੁਣ ਤੁਸੀਂ ਵੀ ਅੱਧੇ ਘੰਟੇ ਦੇ ਸੜਕ 'ਤੇ ਖੜੇ ਹੋ ਨਹੀਂ ਚਲਾਨ ਦਾ ਕੱਟ ਰਹੇ ਹੋ ਤੁਸੀਂ ਤੁਸੀਂ ਨਹੀਂ ਪਾਰਕਿੰਗ 'ਚ ਲਾ ਕੇ ਚਲਾਨ ਕੱਟਣਾ ਵੀਰੇ ਹੈ ਬਾਈ ਨਾਲੇ ਤੁਹਾਡੀ ਵਰਦੀ ਨਹੀਂ ਹੈ ਦੋਨਾਂ ਦੀ ਪੈਰਾਂ 'ਚ ਉਹ ਬਾਈ ਨੇ ਸੈਂਡਲ ਪਾਏ ਹੋਏ ਨੇ ਨਹੀਂ ਨਹੀਂ ਉਹ ਬਾਈ ਇੱਕ ਮਿੰਟ ਗੱਲ ਸੁਣ ਕੇ ਜਾਈ ਹੁਣ ਮੇਰੇ ਦੋ ਕੁ ਮਿੰਟ ਗੱਲਾਂ ਕਰਨੀਆਂ ਨੇ ਆਪਾਂ ਨੇ ਗੱਲ ਕਰ ਲਈ ਹਾਂ ਹਾਂ ਕਰ ਇੱਕ ਮਿੰਟ ਖੜ ਮੈਂ ਤੈਨੂੰ ਐਂ ਕਹਿਣਾ ਤੁਸੀਂ ਤੁਸੀਂ ਅੱਧੇ ਘੰਟੇ ਦੇ ਬਾਈ ਸੜਕ ਤੇ ਖੜੇ ਹੋ ਅਸੀਂ ਤਾਂ ਫੇਰ ਵੀ ਗੱਡੀ ਸਾਈਡ ਤੇ ਲਾਈ ਹੋਈ ਸੀ ਤੁਸੀਂ ਇੱਥੇ ਖੜ ਕੇ ਚਲਾਨ ਕਰ ਰਹੇ ਹੋ ਕੀ ਮਤਲਬ ਆ ਬਾਈ ਯਾਰ ਇਹ ਗੱਲ ਦਾ ਨਹੀਂ ਨਹੀਂ ਕੀ ਮਤਲਬ ਆ ਇਹ ਗੱਲ ਦਾ ਤੁਸੀਂ ਹੁਣ ਭੱਜ ਰਹੇ ਹੋ ਕੀ ਚੱਕਰ ਆ ਖੜਕ ਦੇ ਵਿਚਾਲੇ ਖੜ ਕੇ ਅੱਧੇ ਘੰਟੇ ਦੇ ਚਲਾਨ ਕਰ ਰਹੇ ਨੇ ਪਿੱਛੇ ਮੇਰੇ ਕੋਲ ਰਿਕਾਰਡਿੰਗ ਆ ਇਹ ਬੰਦਾ ਨਾ ਪਿੱਛੇ ਇੱਕ ਗੱਡੀ ਖੜੀ ਸੀ ਉਹਨੂੰ ਉਹਨੂੰ ਜੱਫੀਆਂ ਪਾ ਕੇ ਛੱਡ ਕੇ ਆਇਆ ਬੰਦਾ ਇਹਨੂੰ ਜਾਣਦਾ ਸੀਗਾ ਉਹਨੂੰ ਜੱਫੀ ਪਾ ਕੇ ਛੱਡ ਕੇ ਆਇਆ ਕਿਉਂ ਭੱਜਦੇ ਹੋ ਭੱਜਦੇ ਕਾਹਤੋਂ ਯਾਰ ਤੁਸੀਂ ਕੀ ਮਤਲਬ ਆ